ਜਿੱਥੇ ਉੱਤਰ ਭਾਰਤ ਦੇ ਵਿੱਚ ਠੰਡ ਆਪਣਾ ਕਹਿਰ ਵਰਪਾ ਰਹੀ ਆ, ਉੱਥੇ ਹੀ ਜੇਕਰ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਧੁੰਦ ਵੀ ਆਪਣਾ ਪ੍ਰਕੋਪ ਦਿਖਾਉਂਦੀ ਹੋਈ ਨਜ਼ਰ ਆਉਂਦੀ ਆ। ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 2 ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਪੈ ਰਹੀ ਆ। ਹੁਣ ਸਮਾਂ ਤੁਹਾਨੂੰ ਦੱਸ ਦਿੱਤੀ 10 ਵੱਜਣ ਵਾਲੇ ਨੇ, ਪਰ ਜੇਕਰ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਚਿੱਟੀ ਚਾਦਰ ਚਾਰੇ ਪਾਸੇ ਵਿਖਾਈ ਦੇ ਰਹੀ ਆ। ਇਸ ਧੁੰਦ ਦੇ ਕਾਰਨ ਅਤੇ ਵੱਧਦੀ ਠੰਡ ਦੇ ਕਾਰਨ ਜਿੱਥੇ ਹਰ ਰੋਜ਼ ਕੰਮ ਕਰਨ ਵਾਲੇ ਜੋ ਲੋਕ ਨੇ, ਦਿਹਾੜੀਦਾਰ ਨੇ, ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕਾਫੀ ਅਸਰ ਪੈਂਦਾ। ਅਸੀਂ ਇਸ ਸਮੇਂ ਲੇਬਰ ਚੌਂਕ ਦੇ ਵਿੱਚ ਖੜੇ ਆ, ਤੁਸੀਂ ਵੇਖ ਸਕਦੇ ਹੋ ਜੋ ਹਰ ਰੋਜ਼ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਅਤੇ ਆਪਣਾ ਢਿੱਡ ਪਾਲਦੇ ਨੇ, ਉਹ ਕਿਤੇ ਨਾ ਕਿਤੇ ਅੱਗ ਦਾ ਸਹਾਰਾ ਲੈਂਦੇ ਹੋਏ ਨਜ਼ਰ ਆਉਂਦੇ ਨੇ। ਕਿਉਂ ਕਰਕੇ ਠੰਡ ਵੱਧ ਚੁੱਕੀ ਆ ਅਤੇ ਲੱਗਦਾ ਕਿ ਠੰਡ ਬਦਲ ਦੇ ਨਾਲ ਨਾਲ ਜਿੱਥੇ ਠੰਡ ਵੱਧ ਰਹੀ ਆ, ਇਹਨਾਂ ਦੇ ਜੋ ਗਰੀਬ ਨੇ, ਇਹਨਾਂ ਦੇ ਕੰਮ ਕਾਰ ਘੱਟਦੇ ਨਜ਼ਰ ਆਉਂਦੇ ਨੇ। ਇਹਨਾਂ ਦੇ ਨਾਲ ਗੱਲ ਕਰਦੇ ਹਾਂ, ਕਿਉਂ ਕਰਕੇ ਇਸ ਧੁੰਦ ਦੇ ਕਾਰਨ ਕੰਮ ਕਾਰ ਘੱਟ ਜਾਂਦੇ ਨੇ, ਕਿਸ ਤਰ੍ਹਾਂ ਵੇਖਦੇ ਨੇ? ਕੀ ਨਾਮ ਬਾਈ? ਗੁਰਪਾਲ ਸਿੰਘ। ਗੁਰਪਾਲ, ਠੰਡ ਜ਼ਿਆਦਾ ਵੱਧ ਰਹੀ ਆ, ਧੁੰਦਾਂ ਪੈਣ ਲੱਗ ਗਈਆਂ, ਇਸ ਦਾ ਤੁਹਾਡੇ ਕੰਮ 'ਤੇ ਵੀ ਅਸਰ ਪੈਂਦਾ ਹੋਊਗਾ? ਬਹੁਤ ਜ਼ਿਆਦਾ ਪੈਂਦਾ ਅਸਰ ਹੋਈ, ਬਹੁਤ ਜ਼ਿਆਦਾ ਅਸਰ ਪੈਂਦਾ ਸਾਡੇ ਕੰਮ 'ਤੇ। ਅਸਰ ਪੈਂਦਾ ਹੈਗਾ ਜੀ, ਅਸਰ ਪੈ ਰਿਹਾ ਹੈਗਾ ਜੀ। ਹੁਣ ਤੱਕ ਮਹੀਨਾ ਮਹੀਨਾ ਹੋ ਗਿਆ ਜੀ, ਦਿਹਾੜੀ ਨਹੀਂ ਲੱਗ ਰਹੀ ਜੀ। ਹੁਣ ਕੀ ਕਰੀਏ ਜੀ? ਸਰ, ਕੰਮ ਕਰਨਾ ਪੈਂਦਾ ਜੀ। ਹਾਂ ਜੀ, ਕਦੇ ਲੱਗਦੀ ਹੈ ਦਿਹਾੜੀ, ਕਦੇ ਨਹੀਂ ਲੱਗਦੀ ਜੀ। ਹੁਣ ਬੱਚਿਆਂ ਦਾ ਤਾਂ ਪੇਟ ਭਰਦੀ ਹੈ ਜੀ। ਸਰ, ਕਿਤੇ ਕਹਿੰਦੇ ਨੇ ਕਿ ਜੋ ਧੁੰਦ ਅਤੇ ਠੰਡ ਦਾ ਜੋ ਲਗਾਤਾਰ ਪ੍ਰਕੋਪ ਵੱਧਦਾ ਜਾ ਰਿਹਾ, ਉਸ ਦਾ ਜੋ ਅਸਰ ਆ ਉਹ ਸਾਫ ਇੱਥੇ ਦਿਖਾਈ ਦਿੰਦਾ, ਅਤੇ ਇਹਨਾਂ ਦਾ ਕਹਿਣਾ ਕਿ ਠੰਡ ਦੇ ਅਤੇ ਧੁੰਦ ਦੇ ਕਾਰਨ ਜੋ ਲੋਕ ਨੇ, ਕੰਮ ਕਰਾਉਣ ਵਾਲੇ ਨੇ, ਘਰ ਬਣਾਉਣ ਵਾਲੇ ਨੇ ਜਾਂ ਹੋਰ ਕੰਮ ਕਰਾਉਣ ਵਾਲੇ ਨੇ, ਉਹ ਨਹੀਂ ਲਿਆਉਂਦੇ ਇਹਨਾਂ ਨੂੰ। ਵੀਰ ਨਾਲ ਵੀ ਗੱਲ ਕਰ ਲੈਂਦੇ। ਕੀ ਨਾਮ ਵੀਰੇ? ਪਰਮਿੰਦਰ ਸਿੰਘ ਜੀ। ਪਰਮਿੰਦਰ, ਜੇਕਰ ਗੱਲ ਕੀਤੀ ਜਾਵੇ, ਤੁਸੀਂ ਦਿਹਾੜੀਦਾਰ ਬੰਦੇ ਹੋ, ਹਰ ਰੋਜ਼ ਦਿਹਾੜੀ ਕਰਕੇ ਆਪਣੇ ਪਰਿਵਾਰ ਅਤੇ ਆਪਣਾ ਪੇਟ ਪਾਲਦੇ ਹੋ, ਪਰ ਜਦੋਂ ਧੁੰਦ ਪੈਂਦੀ ਹੈ, ਠੰਡ ਪੈਂਦੀ ਹੈ, ਕੀ ਅਸਰ ਪੈਂਦਾ? ਇਹ ਜੀ, ਸਾਡੇ ਗਰੀਬਾਂ ਦੇ 2 ਮਹੀਨੇ ਤਾਂ ਜੀ ਮੰਦੀ ਲੰਘ ਜਾਂਦੇ ਨੇਗੇ। 12ਵਾਂ ਮਹੀਨਾ ਹੋ ਗਿਆ ਜੀ, ਇਹ ਪਹਿਲਾ ਮਹੀਨਾ ਹੋ ਗਿਆ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਵੀ, ਗਰੀਬਾਂ ਕਿੰਨੀ ਵੀ ਧਿਆਨ ਕਰਨ ਮਾੜਾ ਮੋਟਾ। ਜੇਕਰ ਗੱਲ ਕੀਤੀ ਜਾਵੇ ਪਰਿਵਾਰ ਦਾ ਜੋ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਬਹੁਤ ਔਖਾ ਗਾ ਜੀ, ਇੱਕ ਦਿਨ ਲੱਗ ਜਾਂਦੀ ਹੈ, 3 ਦਿਨ ਉਦੋਂ ਖਾਲੀ ਮੁੜਨਾ ਪੈਂਦਾ ਗਾ। ਨਾ ਕੋਈ ਆਹ ਟਾਈਮ 'ਚ ਪੱਕਾ ਰੱਖੇ ਜੀ, ਅਗਲੇ ਨੂੰ ਪਤਾ ਦਿਨ ਛੋਟੇ ਨੇ, ਕੋਈ ਨਹੀਂ ਰੱਖਦਾ ਹੈਗਾ। ਇਸ ਕਰਕੇ ਇਸ ਦਾ ਮਾਨ ਸਰਕਾਰ ਨੂੰ ਕਹਿਣਾ ਗਾ ਵੀ ਸਾਡੇ ਕਿੰਨੀ ਵੀ ਧਿਆਨ ਕਰਨੀ ਜੀ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਇਸ ਜੋ ਠੰਡ ਦਾ ਠੰਡ ਦੇ ਦਿਨ ਹੁੰਦੇ ਨੇ ਅਤੇ ਧੁੰਦਾਂ ਦੇ ਦਿਨ ਹੁੰਦੇ ਨੇ, ਇਹਨਾਂ ਦੇ ਵਿੱਚ ਜੋ ਲੋਕ ਨੇ ਕੰਮ ਕਾਰ ਘੱਟ ਕਰਾਉਣ ਆਉਂਦੇ ਨੇ, ਪਰ ਇਹਨਾਂ ਦਾ ਕਹਿਣਾ ਕਿ 4 ਦਿਨਾਂ ਦੇ ਵਿੱਚ 1 ਦਿਨ ਦਿਹਾੜੀ ਦੇਣੀ ਹੀ ਜੋ ਆਪਣੇ ਪਰਿਵਾਰ ਅਤੇ ਆਪਣਾ ਢਿੱਡ ਪਾਲਦੇ ਨੇ। ਪਰ ਉੱਥੇ ਹੀ ਸਰਕਾਰਾਂ ਨੂੰ ਗੁਹਾਰ ਲਾ ਰਹੇ ਕਿ ਇਹਨਾਂ ਮਜ਼ਦੂਰਾਂ, ਇਹਨਾਂ ਗਰੀਬਾਂ ਵੱਲ ਧਿਆਨ ਦੇ ਕੇ, ਬੱਚੇ 'ਚ ਧਿਆਨ ਦੇ ਕੇ ਇਹਨਾਂ ਨੂੰ ਕੋਈ ਸੁਵਿਧਾ ਮੁਹੱਈਆ ਕਰਾਈ ਜਾਵੇ। ਕੀ ਨਾਮ ਬਾਈ? ਸਤਵੀਰ ਸਿੰਘ। ਸਤਵੀਰ, ਕਿਸ ਤਰ੍ਹਾਂ ਵੇਖਦੇ ਹੋ? ਅਸੀਂ ਵੀ ਵੇਖ ਰਹੇ ਹਾਂ ਕਿ ਪੂਰੇ ਲਪੇਟੇ ਹੋਏ ਹੋ, ਅੱਗ ਦਾ ਸਹਾਰਾ ਲੈ ਰਹੇ ਹੋ, ਠੰਡ ਪੈ ਰਹੀ ਆ, ਕਿਤੇ ਨਾ ਕਿਤੇ ਜਿਸ ਤਰ੍ਹਾਂ ਬਾਈਆਂ ਨੇ ਆਖਿਆ ਕਿ ਤੁਹਾਡੇ ਕੰਮ ਤੇ ਬੜਾ ਅਸਰ ਪੈਂਦਾ। ਹਾਂ ਹਾਂ, ਕੰਮ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੀ। ਇਹ 2 ਮਹੀਨੇ ਤਾਂ ਬਹੁਤ ਜ਼ਿਆਦਾ ਔਖਾ ਗਿਆ ਵੀ ਕਿਵੇਂ ਬੱਚਿਆਂ ਨੂੰ ਛੱਡ ਕੇ ਅਸੀਂ ਆਉਂਦੇ ਹਾਂ ਉਰੇ, ਕਿਵੇਂ ਅਸੀਂ ਇਹ ਮੁੜਦੇ ਹਾਂ ਜਦੋਂ ਖਾਲੀ ਪੇਟ ਮੁੜਦੇ ਹਾਂ ਨਾ ਅਸੀਂ, ਫਿਰ ਬਹੁਤ ਔਖਾ ਹੁੰਦਾ ਵੀ ਜਿਵੇਂ ਅਸੀਂ ਫਰਜ਼ ਕੀਤਾ 5-5 ਵਜੇ ਤੱਕ ਬੈਠ ਰਹੇ ਨੇ ਵੀ ਕੋਈ ਆਊਗਾ ਫਿਰ ਅਸੀਂ ਜਾਵਾਂਗੇ ਕੰਮ 'ਤੇ, ਫਿਰ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ, ਅਸੀਂ ਉਰੇ ਬਹਿ ਕੇ ਧੂੰ ਹੀ ਸੇਕ ਕੇ ਮੁੜ ਜਾਂਦੇ ਹਾਂ, ਫਿਰ ਘਰ ਵਾਲੀਆਂ ਗਾਲਾਂ ਕੱਢਦੀਆਂ ਨੇ ਕੀ ਕਰਕੇ ਆ, ਪੈਸੇ ਲਿਆ ਪੈਸੇ ਕਿੱਥੋਂ ਦੀ ਜੀ ਪੈਸੇ। ਕਿਤੇ ਜਦੋਂ ਖਾਲੀ ਮੁੜਦੇ ਹੋ ਤਾਂ ਨਿਰਾਸ਼ਾ ਹੱਥ ਲੱਗਦੀ? ਹਾਂ ਹਾਂ, ਨਿਰਾਸ਼ਾ ਹੱਥ ਲੱਗਦੀ, ਫਿਰ ਘਰ ਵਾਲੇ ਕਲੇਸ਼ ਪੈਂਦੇ ਨੇਗੇ ਵੀ ਹੁਣ ਜਦੋਂ ਸਾਨੂੰ ਕੋਈ ਕੰਮ 'ਤੇ ਲੈ ਕੇ ਨਹੀਂ ਜਾਊਗਾ ਫਿਰ ਅਸੀਂ ਕਿਹਦੇ ਜਾ ਕੇ ਖੋਲੀਆਂ ਸਾਫ਼ ਕਰਨ ਲੱਗ ਜੀ।
ਇਹਨਾਂ ਦਾ ਕਹਿਣਾ ਕਿ ਕਈ ਕਈ ਵਾਰ ਅਜਿਹਾ ਹੁੰਦਾ ਕਿ ਸਵੇਰ ਤੋਂ ਸ਼ਾਮ ਤੱਕ ਬੈਠੇ ਰਹਿੰਦੇ ਆ, ਉਡੀਕ ਕਰਦੇ ਆ ਕਿ ਕੋਈ ਆਊਗਾ ਦਿਹਾੜੀ ਤੇ ਲੈ ਕੇ ਜਾਊਗਾ, ਫਿਰ ਅਸੀਂ ਆਪਣੇ ਬੱਚਿਆਂ ਆਪਣੇ ਪਰਿਵਾਰ ਦੇ ਲਈ ਸ਼ਹਿਰੋਂ ਕੁਝ ਰਾਸ਼ਨ ਪਾਣੀ ਲੈ ਕੇ ਜਾਵਾਂਗੇ ਤੇ ਬਣਾਵਾਂਗੇ। ਪਰ ਇਹਨਾਂ ਦਾ ਕਹਿਣਾ ਕਿ ਕਈ ਕਈ ਵਾਰ ਅਜਿਹੇ ਦਿਨਾਂ ਦੇ ਵਿੱਚ ਹਰ ਵਾਰ ਸਵੇਰੇ ਆਉਣਾ ਤੇ ਸ਼ਾਮ ਨੂੰ ਖਾਲੀ ਮੁੜਨਾ ਪੈਂਦਾ, ਕਿਤੇ ਨਾ ਕਿਤੇ ਤਰਾਸਦੀ ਮਜ਼ਦੂਰਾਂ ਦੀ ਇਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਮਜ਼ਦੂਰ ਭਾਈਚਾਰਾ ਉਹ ਠੰਡ ਦੇ ਕਾਰਨ ਅੱਗ ਦਾ ਸਹਾਰਾ ਲੈ ਰਿਹਾ, ਪਰ ਉੱਥੇ ਹੀ ਕਿਤੇ ਨਾ ਕਿਤੇ ਇਸ ਠੰਡ ਦੇ ਕਾਰਨ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਖਾਲੀ ਮੁੜਨਾ ਪੈਂਦਾ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ, ਲਿਵਿੰਗ ਇੰਡੀਆ, ਸੰਗਰੂਰ।